ਨੌਜਵਾਨਾਂ ਔਰ ਬੱਚਿਆਂ ਨਾਲ ਕਦਨ ਸਿਆਸਤ ਨਹੀਂ ਕਰ ਸਕਦਾ ਕਿਉਂਕਿ ਅਗਰ ਮੈਂ ਸਿਆਸਤ ਕਰਾਂਗਾ ਇਹਨਾਂ ਦੇ ਨਾਲ ਤੇ ਮੈਂ ਇਹਨਾਂ ਦੇ ਮੁਸਤਕਬਲ ਨਾਲ ਖੇਡ ਰਿਹਾ ਹੋਵਾਂਗਾ ਮੈਨੂੰ ਵੱਲ ਆਉਂਦਾ ਹੈ ਥਾਣੇ ਦੀ ਸਿਆਸਤ ਦਾ ਯਾਦ ਰੱਖਣਾ ਮੈਨੂੰ ਥਾਣੇ ਦੀ ਸਿਆਸਤ ਦਾ ਹਰ ਕਿਸੇ ਤੋਂ ਇਸ ਹਲਕੇ ਦੇ ਤਮਾਮ ਦੂਸਰੇ ਮੈਂ ਕੋਈ ਹੋਰ ਨਾਂ ਨਹੀਂ ਲੈਣਾ ਚਾਹੁੰਦਾ ਹਰ ਕਿਸਮ ਦੇ ਦੂਸਰੇ ਲੋਕਾਂ ਤੋਂ ਢੇਰ ਵੱਲ ਆਉਂਦਾ ਹੈ ਔਰ ਕਿਉਂ ਵੱਲ ਆਉਂਦਾ ਹੈ ਕਿਉਂ ਵੱਲ ਆਉਂਦਾ ਹੈ ਅੱਲਾਹ ਤਾਲਾ ਦੇ ਕੋਲੋਂ ਉਹਦੀ ਜ਼ਾਤ ਦੇ ਕੋਲੋਂ ਕਰੋੜ ਵਾਰੀ ਮਾਫ਼ੀ ਮੰਗ ਕੇ ਕੋਈ ਤਕਬਰ ਜਾਂ ਵੱਡੀ ਗੱਲ ਨਹੀਂ ਕਰ ਸਕਦਾ ਜਾਂ ਕਰਨਾ ਚਾਹੁੰਦਾ ਵਾਂ ਮੇਰੇ ਮਾਤਹਿਤ ਔਰ ਜਿਸ ਬੰਦੇ ਦੇ ਮਾਤਹਿਤ ਇੱਕ ਨਹੀਂ ਦਸ ਦਸ ਆਈ ਜੀ ਰਹਿ ਚੁੱਕੇ ਹੋਣ ਉਹਨੂੰ ਥਾਣੇ ਦੀ ਸਿਆਸਤ ਦਾ ਵੱਲ ਨਹੀਂ ਆਉਂਦਾ ਲੇਕਿਨ ਮੈਂ ਉਹ ਕੰਮ ਹਰਗਿਜ਼ ਨਹੀਂ ਕਰਨਾ ਮੇਰੇ ਪਿਆਰੋ ਔਰ ਚਲੋ ਯਾਦ ਰੱਖਣਾ ਮੇਰੇ ਤੋਂ ਢੇਰ ਕੰਮ ਕਰਨ ਵਾਲਾ ਕੋਈ ਬੰਦਾ ਨਹੀਂ ਨਾ ਕਿਸੇ ਨੂੰ ਵੱਲ ਆਉਂਦਾ ਜਿਹੜੇ ਮੇਰੇ ਉਹ ਮਿਹਰਬਾਨ ਮੇਰੇ ਨਾਲ ਅੱਜ ਤੋਂ 20 ਸਾਲ ਪਹਿਲੇ ਹਨ ਉਹਨਾਂ ਨੂੰ ਯਾਦ ਆਈ ਯਾਦ ਹੋਣਾ ਚਾਹੀਦਾ ਸਾਡਾ ਇੱਥੇ DPO ਆਏ ਉਸ ਵੇਲੇ SSP ਆਦੇ ਹਨ ਨਿਸਾਰ ਸਰੋਹਾ ਯਾਦ ਹੈ ਤੁਹਾਨੂੰ ਨਿਸਾਰ ਸਰੋਹੇ ਦਾ ਦਫ਼ਤਰ SSP ਜਾਂ DPO ਦਾ ਦਫ਼ਤਰ ਨਹੀਂ ਹੁੰਦਾ ਉਹ ਤੁਹਾਡੇ ਮਤਵਾਲਿਆਂ ਦਾ ਦਫ਼ਤਰ ਹੁੰਦਾ ਹੈ ਤੁਹਾਡੇ ਜਾਲਿਆਂ ਦਾ ਦਫ਼ਤਰ ਹੁੰਦਾ ਹੈ ਔਰ ਮੈਂ ਗੱਲ ਇਸ ਵਾਸਤੇ ਕਰਨਾ ਚਾਹੁੰਦਾ ਵਾਂ ਕਿ ਉਹ ਵਕਤ ਕਰੀਬ ਆ ਚੁੱਕਾ ਹੈ ਅੰਧੇਰੇ ਮੁੱਕ ਚੁੱਕੇ ਹੈ ਨਵੇਂ ਸੁਬਾਹ ਤਲੂ ਹੋਣ ਵਾਲੀ ਹੈ ਅਨ ਕਰੀਬ ਚੰਦ ਹਫ਼ਤਿਆਂ ਦੇ ਵਿੱਚ ਤੁਹਾਡੀ ਹਕੂਮਤ ਬਣਨ ਵਾਲੀ ਹੈ ਮਰਕਜ਼ ਵਿੱਚ ਵੀ ਔਰ ਸੂਬੇ ਦੇ ਵਿੱਚ ਵੀ ਔਰ ਮੈਂ ਮਾਜ਼ਰਤ ਨਾਲ ਆਪਣੇ ਇੰਤਹਾਈ ਪਿਆਰੇ ਭਾਈ ਪਿਆਰੇ ਤਰੀਨ ਭਾਈ ਪੀਰ ਨਜੀਬ ਸੁਲਤਾਨ ਨੂੰ ਮੰਡੀ ਸ਼ਾਹ ਜਿਵਣਾ ਅਮਤ ਖੁਸ਼ਾਮਦੀ ਦਾਖਲਾ ਮੇਰੇ ਇੰਤਹਾਈ ਪਿਆਰੇ ਭਾਈ ਅੱਲਾਹ ਤਾਲਾ ਆਪਣੇ ਹਬੀਬ ਦੇ ਸਦਕੇ 5 ਤੇ 12 ਸਦਕੇ ਲੰਮੀ ਜ਼ਿੰਦਗੀ ਦੇਵੇ ਔਰ ਹਯਾਤੀ ਦਰਾਜ਼ ਕਰੇ।